ਕਈ ਕਦੀਮ ਦੇ ਦਰਵੇਸ਼ ਇੱਕ ਰਸਮ ਸੀ ਸਾਡੇ ਜਲੰਧਰ ਕਿ ਕਵਾਲ ਨੂੰ ਜਾਣ ਕੇ ਟਾਈਮ 4-5-6 ਵਜੇ ਦਾ ਦੇਣਾ, ਉਹ ਆਸਾ ਰਾਗ ਗੁਰੂ ਕੋਲੋਂ ਸੁਣਨਾ, ਦੋ ਕਾਫੀਆਂ ਵੀ ਮਖਸੂਸ ਉਸ ਤਰ੍ਹਾਂ ਦੀਆਂ ਪੁਰਾਣੇ ਵਾਲ ਸਾਹਿਬ ਅਕਸਰ ਗਾਹ ਕਰਦੇ ਸੀਗੇ ਤੇ ਉਹਦੀਆਂ ਪੁਰਾਣੀਆਂ ਮਹਿਫਲਾਂ ਅਕਸਰ ਸਾਡੇ ਕੋਲੋਂ ਫਰਮਾਇਸ਼ਾਂ ਕਿ ਸੁਣਦੇ ਨੇ, ਜਿਸ ਤਰ੍ਹਾਂ ਕਿ ਲੋਕਾਂ ਨੇ ਸਾਡੇ ਕੋਲੋਂ ਥੀਆ ਵੀ ਸੁਣਿਆ। ਵੈਸੇ ਕਾਫੀ ਪੁਰਾਣੀ ਸੀ ਲੇਕਿਨ ਉਹ ਮੁਰਸ਼ਦ ਦੇ ਕਰਮ ਨਾਲ ਉਹ ਨਵੀਂ ਹੋ ਕੇ ਪੇਸ਼ ਹੋਈ, ਤੋ ਇਸ ਤਰ੍ਹਾਂ ਉਹ ਭਾਸ਼ਾ ਵੀ ਕਾਫੀ ਸਾਡੇ ਕੇ ਪੇਸ਼ ਕਰ। Oh,
دیوانے بول ہیں شاہ صاحب، یہ بھی کافی وہی ہے، ہے وہی درد سوز ہے۔ تو مہاراج کرشن جب متھرا کو چلے گئے تو ان کی جو چہیتی محبوبہ تھی وہ بودوں کو پیغام دیتی ہے، کہیو رے بودو، کہیو رے